ਖਿਆਲ ਹੈ ਜੀ ਇਹ ਤਾਂ ਇੱਕ ਇਤਿਹਾਸ ਹੈ, ਇੱਕ ਹਿਸਟਰੀ ਆ ਲੋਕਾਂ ਦੇ ਸਾਹਮਣੇ, ਕੋਈ ਬਾਹਲੀ ਪੁਰਾਣੀ ਗੱਲ ਵੀ ਨਹੀਂ, ਕੋਈ 100 ਸਾਲ ਪੁਰਾਣੀ ਜਿਹੜੇ ਸਾਡੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਹੈ ਜਾਂ ਸੁਣੀਆਂ ਸੁਣੀਆਂ ਗੱਲਾਂ। 8 ਸਾਲ ਤੋਂ ਆਪਾਂ ਬੈਠੇ ਆ ਨਾ ਇੱਥੇ, ਦੇਖੋ 8 ਸਾਲ ਤੋਂ ਅਸੀਂ ਬੈਠੇ ਹਾਂ, ਅਸੀਂ ਤਾਂ ਮੇਰਾ ਖਿਆਲ 8 ਸਾਲਾਂ ਤੋਂ ਨਹੀਂ, ਅਸੀਂ ਤਾਂ ਜਿਉਂ ਪੰਜਾਬੀ ਸੂਬਾ ਬਣਿਆ ਪੰਜਾਬੀ ਸੂਬੇ ਵਾਸਤੇ ਸੰਘਰਸ਼ ਕੀਤਾ, ਉਸ ਤੋਂ ਬਾਅਦ ਬਣਿਆ, ਉਸ ਤੋਂ ਬਾਅਦ ਵੀ ਲਗਾਤਾਰ ਹੀ, ਚਾਹੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆਈ ਹੈ ਉਹਦੇ 'ਤੇ ਸੰਘਰਸ਼ ਕੀਤਾ, ਧਰਮ ਯੁੱਧ ਮੋਰਚਾ ਵੀ ਲੱਗਾ, ਔਰ ਜਿੰਨੀਆਂ ਵੀ ਐਜੀਟੇਸ਼ਨਾਂ ਹੋਈਆਂ ਨੇ ਉਹ ਪੰਜਾਬ ਦੇ ਹੱਕਾਂ ਵਾਸਤੇ ਲੱਗੀਆਂ ਨੇ। ਔਰ ਜਿੱਥੋਂ ਤੱਕ ਇਹ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਰੋਕ ਦਿੱਤਾ, ਤੇ ਦਿੱਤਾ ਕਿਹਨੇ ਸੀ? ਮੈਨੂੰ ਇਹ ਦੱਸ ਦੇਣ ਵੀ ਪੰਜਾਬ ਦਾ ਪਾਣੀ ਚਾਹੇ ਹਰਿਆਣੇ ਨੂੰ ਚਾਹੇ ਰਾਜਸਥਾਨ ਨੂੰ ਚਾਹੇ ਦੂਸਰੀਆਂ ਸਟੇਟਾਂ ਨੂੰ ਜਿਹੜਾ ਦਿੱਤਾ ਹੈ ਉਹ ਦਿੱਤਾ ਕਿਹਨੇ ਸੀ? ਔਰ ਐਸ ਵਾਈ ਐਲ ਜਿਹੜਾ ਜੁਲਾਈ 1982 ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਆਣ ਕੇ ਕਪੂਰੀ ਮੋਰਚਾ ਕਪੂਰੀ ਟੱਕ ਲਾਇਆ ਸੀ ਤੇ ਲਵਾਇਆ ਕਿਹਨੇ ਸੀ? ਸੋਨੇ ਦੀ ਕਹੀ ਦੇ ਨਾਲ, ਔਰ ਕਪੂਰੀ ਦੇ ਮੋਰਚੇ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ। ਕਪੂਰੀ ਦਾ ਜਿਹੜਾ ਟੱਕ ਲਾਇਆ ਸੀ ਜਿਹੜਾ ਸਤਲੁਜ ਜਮਨਾ ਲਿੰਕ ਨਹਿਰ ਬਣਾਉਣ ਦੇ, ਉਹਨੇ ਪੰਜਾਬ 'ਚ ਮਿਲੀਟੈਂਸੀ ਲਿਆਂਦੀ ਜੀ, ਪੰਜਾਬ ਨੂੰ ਅੱਜ ਜੇ ਬਰਬਾਦ ਕੀਤਾ ਆ ਤੇ ਇਹਨਾਂ ਦਾ ਜਿਹੜਾ ਪਾਣੀ ਨਾ ਖੋਹ ਕੇ ਦੇਣ ਲੱਗੇ ਸੀਗੇ ਜਿਹੜਾ ਸ਼੍ਰੀਮਤੀ ਇੰਦਰਾ ਗਾਂਧੀ ਨੇ ਉੱਥੇ ਬੜਾ ਕੁਝ ਦਿੱਤਾ, ਹਰਿਆਣੇ ਨੂੰ ਦਿੱਤਾ, ਰਾਜਸਥਾਨ ਨੂੰ ਦਿੱਤਾ, ਅੱਜ ਵੀ ਉਹੀ ਲੜਾਈ ਲੜਦੇ ਆ ਕਿ ਸਾਡਾ ਜਿਹੜਾ ਸਾਡਾ ਸੋਰਸ ਸੀਗੇ ਸਾਡੇ ਰਿਸੋਰਸ ਸੀਗੇ ਉਹ ਤਾਂ ਤੁਸੀਂ ਦੂਸਰੀਆਂ ਸਟੇਟਾਂ ਨੂੰ ਦਿੱਤੇ, ਸ਼੍ਰੀਮਤੀ ਇੰਦਰਾ ਗਾਂਧੀ ਨੇ ਦਿੱਤੇ, ਕਾਂਗਰਸ ਨੇ ਦਿੱਤੇ, ਕਿਉਂਕਿ ਉਦੋਂ ਸਾਰਾ ਕੁਝ ਹੀ ਸੈਂਟਰ ਕੋਲੇ ਤੇ ਕਾਂਗਰਸ ਕੋਲੇ ਸੀਗਾ। ਅਸੀਂ ਤਾਂ ਉਹਦੇ ਵਾਸਤੇ ਲੜਦੇ ਰਹੇ ਹਾਂ, ਪਰ ਸੁਣਵਾਈ ਕਿਹਨੇ ਕਰਨੀ ਹੈ? ਸੁਣਵਾਈ ਕਰਨੀ ਸੀ ਜਿਹੜੇ ਸੈਂਟਰ 'ਚ ਲੋਕ ਬੈਠੇ ਸੀ, ਸੈਂਟਰ 'ਚ ਸਾਡਾ ਤਾਂ ਹਿਤੈਸ਼ੀ ਕੋਈ ਆਇਆ ਹੀ ਨਹੀਂ, ਅੱਜ ਵੀ ਅਸੀਂ ਗੱਲ ਕਰਦੇ ਹਾਂ, ਚਾਹੇ ਮੋਦੀ ਸਾਹਿਬ ਆਏ ਨੇ, ਅਸੀਂ ਉਹਨਾਂ ਦੇ ਅਲਾਈ ਪਾਰਟਨਰ ਹੈ, ਸਾਡਾ ਉਹਨਾਂ ਨਾਲ ਗੱਠਜੋੜ ਹੈ, ਅਸੀਂ ਆਪਦੇ ਹੱਕ ਮੰਗਦੇ ਹਾਂ। ਓਕੇ ਓਕੇ, ਕਦੋਂ ਤਾਂ ਅਸੀਂ ਪਾਸੇ ਜਿਹੜੀ